ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕਿਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਮਾਸਟਰ ਕਿਡਰ 41 ਕਾਟ ਦੀ ਜੁਆਇਨਿੰਗ ਨੂੰ ਲੈ ਕੇ ਜੋ ਇੱਕ ਪੱਕਾ ਧਰਨਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਪਣਾ ਕੱਲ ਤੋਂ ਹੀ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਅੱਜ ਇੱਕ ਵੱਡੀ ਅਪਡੇਟ ਆਈ ਹੈ ਉਹ ਅਪਡੇਟ ਕੀ ਹੈ ਇਹਦੇ ਬਾਰੇ ਆਪਾਂ ਤੁਹਾਨੂੰ ਵਿਸਤਾਰਪੂਰਵਕ ਪੂਰੀ ਵੀਡੀਓ ਚ ਦੱਸਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਧਿਆਨ ਨਾਲ ਸੁਣਿਓ ਤਾਂ ਆਪਾਂ ਗੱਲਬਾਤ ਸਟਾਰਟ ਕਰਦੇ ਹਾਂ ਉਸ ਪੱਕੇ ਧਰਨੇ ਬਾਰੇ ਤਾਂ ਉਹਦੇ ਸਬੰਧ ਦੇ ਵਿੱਚ ਇੱਕ ਲੈਟਰ ਤਹਿਸੀਲਦਾਰਾ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਜਾਰੀ ਹੋਇਆ ਹੈ ਉਸ ਲੈਟਰ ਦੇ ਅਕੋਰਡਿੰਗ ਇੱਕ ਗੱਲ ਤਾਂ ਇਹ ਸਪਸ਼ਟ ਹੋ ਗਈ ਕਿ ਜਿਹੜੀ 41 ਕਾਰਡ ਦੀ ਜੁਆਇਨਿੰਗ ਸਟੇਸ਼ਨ ਚੋਇਸ ਤੋਂ ਪਹਿਲਾਂ ਉਹਨਾਂ ਦੀ ਟ੍ਰੇਨਿੰਗ ਲੱਗਣੀ ਹੈ ਉਹ ਟ੍ਰੇਨਿੰਗ ਤੋਂ ਬਾਅਦ ਹੀ ਨੈਕਸਟ ਪ੍ਰੋਸੈਸ ਹੈ ਜਿਹੜਾ ਸਟਾਰਟ ਹੋਊਗਾ ਤਾਂ ਉਹ ਲੈਟਰ ਕੀ ਹੈਗਾ ਉਹਦੇ ਲੈਟਰ ਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਹੋਇਆ ਹੈ ਕਿ ਜਿਹੜਾ 4166 ਮਾਸਟਰ ਕਿਡਰ ਦੇ ਅਧਿਆਪਕ ਨੇ ਉਹਨਾਂ ਨੂੰ ਇਸ ਮਹੀਨੇ ਦੇ ਅੰਤ ਦੇ ਵਿੱਚ ਜਾਨੀ ਕਿ ਅਪ੍ਰੈਲ ਮਹੀਨੇ ਦੇ ਲਾਸਟ ਵੀਕ ਟ੍ਰੇਨਿੰਗ ਲਈ ਭੇਜਿਆ ਜਾਊਗਾ ਇਸ ਗੱਲ ਦਾ ਭਰੋਸਾ ਦਿਵਾਉਣ ਲਈ ਇਹ ਲੈਟਰ ਜਾਰੀ ਕੀਤਾ ਗਿਆ ਹੈ ਹਾਲਾਂਕਿ ਬਹੁਤ ਸਾਰਾ ਕਿਡਰਾ ਜਿਹੜਾ ਉਹ ਅੱਜ ਵੀ ਧਰਨੇ ਲਈ ਆਪਣੇ ਘਰਾਂ ਚੋਂ ਚੱਲਿਆ ਹੋਇਆ ਹੈ ਕਾਫੀ ਜ਼ਿਆਦਾ ਰਸਤੇ ਵਿੱਚ ਨੇ ਤੇ ਬਹੁਤ ਸਾਰੇ ਕਿਡਰ ਇਦਾਂ ਦਾ ਸੀ ਜਿਨ੍ਹਾਂ ਨੇ ਕੱਲ ਨੂੰ ਧਰਨੇ ਤੇ ਜਾਣਾ ਸੀ ਤਾਂ ਹੁਣ ਇਹਦੇ ਸਬੰਧ ਦੇ ਵਿੱਚ ਯੂਨੀਅਨ ਆਗੂਆਂ ਦੀ ਕੀ ਪ੍ਰਤੀਕਿਰਿਆ ਰਹੂਗੀ ਉਸ ਲੈਟਰ ਨੂੰ ਅਡਾਪਟ ਕਰਦੇ ਆ ਜਾਂ ਇਹਨੂੰ ਆਸਵੀਕਾਰ ਕਰਕੇ ਧਰਨਾ ਇਸੇ ਤਰ੍ਹਾਂ ਪੱਕਾ ਚਾਲੂ ਰਹੂਗਾ ਜਿੰਨਾ ਚਿਰ ਉਹਨਾਂ ਨੂੰ ਪੂਰੀ ਕਨਫਰਮ ਡੇਟ ਫਿਕਸ ਨਹੀਂ ਦੱਸੀ ਜਾਂਦੀ ਜਾਂ ਕੋਈ ਵੀ ਅਪਡੇਟ ਇਹਦੇ ਤੇ ਹੋਰ ਨਹੀਂ ਆਉਂਦੀ ਤਾਂ ਹਾਲਾਂਕਿ ਇੱਕ ਇਥੇ ਗੱਲ ਇਹ ਵੀ ਦੱਸਣਯੋਗ ਹੈ ਕਿ ਜਿਹੜਾ 4166 ਮਾਸਟਰ ਕਿਟ ਦੇ ਟੋਟਲ 4000 ਪਲੱਸ ਸਟੂਡੈਂਟ ਹੈ ਜੋ ਨਾ 3900 4000 ਨੂੰ ਜਿਹੜਾ ਆਫਰ ਲੈਟਰ ਮਿਲੇ ਹੋਇਆ ਪਰ ਗਿਣਤੀ ਉੱਥੇ ਸਿਰਫ 400 ਜਾਂ 500 ਕੇਡਰ ਹੀ ਮੌਜੂਦ ਸੀ ਜੇਕਰ ਕੇਡਰ 2000 3000 ਪਲੱਸ ਹੁੰਦਾ ਤਾਂ ਜਿਹੜਾ ਇਫੈਕਟ ਇਸ ਧਰਨੇ ਦਾ ਬਹੁਤ ਹੱਦ ਤੱਕ ਸਰਕਾਰ ਤੇ ਦਬਾਅ ਪੈਣਾ ਸੀ ਹਾਲੇ ਵੀ ਕੇਡਰ ਕੋਲੇ ਮੌਕਾ ਹੈ ਕਿ ਜੇਕਰ ਯੂਨੀਅਨ ਅੱਗੋਂ ਧਰਨੇ ਨੂੰ ਲਗਾਤਾਰ ਯਾਰੀ ਰੱਖਦੇ ਨੇ ਤਾਂ ਵੱਡੀ ਗਿਣਤੀ ਵਿੱਚ ਕੇਡਰ ਜਿਹੜਾ ਉਹ ਵੱਧ ਤੋਂ ਵੱਧ ਉੱਥੇ ਪਹੁੰਚੇ ਤਾਂ ਕਿ ਜਿਹੜਾ ਆਪਣੀਆਂ ਮੰਗਾਂ ਨੇ ਪੋਰਟਲ ਖਾਣ ਸੰਬੰਧੀ ਜਾਂ ਟ੍ਰੇਨਿੰਗ ਸੰਬੰਧੀ ਵੀ ਕਿਉਂਕਿ ਹੁਣ ਕੋਈ ਇਦਾਂ ਦਾ ਕੋਈ ਖਾਸ ਗੱਲਬਾਤ ਨਹੀਂ ਹੈਗੀ ਟ੍ਰੇਨਿੰਗ ਤਾਂ ਕੱਲ੍ਹ ਤੋਂ ਵੀ ਸਟਾਰਟ ਹੋ ਸਕਦੀ ਹੈ ਕੋਈ ਏਡਾ ਵੱਡਾ ਇਸ਼ੂ ਨਹੀਂ ਹੈਗਾ ਤਾਂ ਇਹਦੇ ਸੰਬੰਧ ਦੇ ਵਿੱਚ ਜਿਹੜਾ ਲੈਟਰ ਜਾਰੀ ਹੋਇਆ ਉਹ ਆਪਾਂ ਤੁਹਾਨੂੰ ਸਾਰਾ ਪੜ੍ਹ ਕੇ ਸੁਣਾ ਦਿੰਨੇ ਆ ਵਿਸ਼ਾ ਯੂਨੀਅਨ ਦੀਆਂ ਮੰਗਾਂ ਸੰਬੰਧੀ ਉਪਰੋਕਤ ਵਿਸ਼ੇ ਸੰਬੰਧੀ ਮਾਨ ਆਪਜੀ ਆਪ ਵੱਲੋਂ ਮਾਨਯੋਗ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬੈਂਸ ਜੀ ਦੇ ਪਿੰਡ ਗੰਭੀਰਪੁਰਾ ਵਿਕੇ ਧਰਨਾ ਲਗਾਉਣ ਸੰਬੰਧੀ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਡੀਪੀਆਈਓ ਸਕੂਲਾਂ ਮਹਾਲੀ ਨਾਲ ਰابطਾ ਕਾਇਮ ਕਰਦੇ ਹੋਏ ਉਹਨਾਂ ਦੀ ਮਨਜ਼ੂਰੀ ਨਾਲ ਇਹ ਪੱਤਰ ਜਿਹੜਾ ਜਾਰੀ ਕੀਤਾ ਗਿਆ ਤੇ ਭਰੋਸਾ ਦਿਵਾਇਆ ਗਿਆ ਕਿ 41 ਕਾਰਡ ਦੀ ਟ੍ਰੇਨਿੰਗ ਹੈ ਜਿਹੜੀ ਇਸ ਮਹੀਨੇ ਦੇ ਲਾਸਟ ਵੀਕ April 2023 ਦੇ ਆਖਰੀ ਹਫਤੇ ਵਿੱਚ ਤੁਹਾਨੂੰ ਟ੍ਰੇਨਿੰਗ ਲਈ ਭੇਜਿਆ ਜਾਊਗਾ ਇਸ ਦਾ ਇੱਕ ਉਤਾਰਾ ਪੀਏ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਵੀ ਭੇਜਿਆ ਗਿਆ ਹੈ ਤਾਂ ਜਿਹੜੀ ਇਹ ਸਾਰੀ ਗੱਲਬਾਤ ਆ ਇਹ ਸੰਦੀਪ ਸਿੰਘ ਗੱਲ ਸੂਬਾ ਪ੍ਰਧਾਨ 4166 ਮਾਸਟਰ ਕੈਡਰ ਯੂਨੀਅਨ ਉਹਨਾਂ ਨੂੰ ਉਹਨਾਂ ਦੇ ਨਾਮ ਤੇ ਭੇਜਿਆ ਗਿਆ ਇਹ ਲੈਟਰ ਤਾਂ ਇਹਦੇ ਸਬੰਧ ਦੇ ਵਿੱਚ ਹੁਣ ਕੋਈ ਵੀ ਨਵੀਂ ਅਪਡੇਟ ਆਊਗੀ ਤਾਂ ਆਪਾਂ ਵੀਡੀਓ ਪਾ ਕੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਤੁਸੀਂ ਚੈਨਲ ਤੇ ਇਸੇ ਤਰ੍ਹਾਂ ਬਣੇ ਰਹੋ ਹਰ ਇੱਕ ਮਾਸਟਰ ਕੈਡਰ ਦੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਜਿਹੜਾ 41 ਕਾਰਡ ਸਾਥੀਆਂ ਦਾ ਸਾਥ ਦਿਓ ਤਾਂ ਕਿ ਜਿਹੜੀ ਉਹਨਾਂ ਦੀ ਜਿੱਤ ਹੋ ਸਕੇ ਥੈਂਕ ਯੂ ਸੋ ਮਚ